ਅਸਲਾਮ ਵਾਲੇਕੁਮ ਦੋਸਤੋ ਤੇ ਮਿੱਤਰੋ, ਮੈਂ ਹੈਰੀ ਬੋਲਣਾ ਪਿਆ ਵਾਂ। ਤੇ ਦੇਖੋ ਜੀ, ਇਹ ਮੈਂ ਦਾਦੀ ਦੀ ਆਡੀਓ ਸੁਣੀ ਹੈ, ਇਹ ਮੈਨੂੰ ਸਮਝ ਨਹੀਂ ਆਈ ਹੈ। ਮੇਰੀ ਬੁੱਢੀ ਨੂੰ ਵੀ ਬੁਰਾ ਭਲਾ ਕਹੀ ਜਾਂਦੀ ਹੈ ਤੇ ਮੇਰੀ ਮਾਂ ਨੂੰ ਵੀ ਬੁਰਾ ਭਲਾ ਕਹੀ ਜਾਂਦੀ ਹੈ। ਅਸੀਂ ਇਹਦਾ ਵਿਗਾੜਿਆ ਕੀ ਹੈ? ਇਹ ਆਵਾਮ ਦਾ ਇਹਨਾਂ ਨੂੰ ਕੋਈ ਖਿਆਲ ਨਹੀਂ, ਇਹ ਨੀਰੀ ਬਾਦਸ਼ਾਹ ਬਸ ਜਮਾ ਕੇ ਬੈਠੇ ਨੇ। ਇੰਨਾ ਦੁਨੀਆ ਤੋਂ ਜਾਂਦੀ ਹੈ, ਇਹਨਾਂ ਸਾਡੀ ਜਾਨ ਛੱਡਦੀ ਹੈ ਅਤੇ ਜਿਹੜਾ ਨਾ ਉਹ ਸਾਡੇ ਗਿੱਟਿਆਂ 'ਚ ਪੈ ਗਈ ਹੈ। ਅਤੇ ਘਰ 'ਚ ਜਿਹੜਾ ਨਾ ਸਿਆਪਾ ਸੀਗੀ ਪਾਉਣਾ ਇਹਨਾਂ ਨੇ ਪਾਉਣਾ, ਅਤੇ ਉਹ ਅਸੀਂ ਤਾਂ ਸੋਚਿਆ ਕਿ ਭਾਅ ਜੀ ਇਹ ਬੇਇੱਜ਼ਤੀ ਦੀ ਬਾਦਸ਼ਾਹਤ ਤੋਂ ਅਤੇ ਤਨਖਾਹਾਂ ਤੋਂ ਅਤੇ ਮਰਾਦ ਤੋਂ ਅਤੇ ਚੰਗਾ ਹੈ ਕਿ ਜੀ ਇਹ ਇੱਜ਼ਤ ਦੀ ਅਸੀਂ ਮੈਕਡੋਨਲਡਸ ਖਾ ਲਈਏ। ਅਤੇ ਲਿਹਾਜ਼ਾ ਅਸੀਂ ਫਿਰ ਫੈਸਲਾ ਕੀਤਾ ਕਿ ਅਸੀਂ ਇਹ ਬਾਦਸ਼ਾਹ ਛੱਡ ਦਈਏ, ਇਹੋ ਜਿਹੀ ਬਾਦਸ਼ਾਹ ਸਾਨੂੰ ਨਹੀਂ ਚਾਹੀਦੀ ਨਾ ਸਾਨੂੰ ਲੋੜ ਆ। ਅਤੇ ਇਹ ਜਿਹੜਾ ਨਾ ਆਖਰ ਮੈਂ ਉਹਨੂੰ ਵਿਆਹ ਕੇ ਲਿਆਇਆ, ਮੈਂ ਉਹਨੂੰ ਬੁੱਢੀ ਬਣਾਇਆ ਅਤੇ ਮੈਂ ਉਹਦੀ ਇੱਜ਼ਤ ਕਰਾਉਣੀ ਹੈ। ਅਤੇ ਲਿਹਾਜ਼ਾ ਜਿਹੜਾ ਨਾ ਇਹ ਪੂਰਾ ਖਾਨਦਾਨ ਉਹਦੇ ਮਗਰ ਪਿਆ ਜਿਸ ਦਿਨ ਦੀ ਉਹ ਵਿਚਾਰੀ ਆਈ ਨਿਮਾਣੀ। ਅਤੇ ਮੈਂ ਜਿਹੜਾ ਨਾ ਇਹਨਾਂ ਸਾਰਿਆਂ ਤੋਂ ਜਿਹੜਾ ਨਾ ਆਪਣਾ ਮੌਕਫ ਪੇਸ਼ ਕਰਨਾ ਚਾਹੁੰਦਾ। ਇਹ ਮੈਨੂੰ ਕਹੀ ਜਾਂਦੀ ਹੈ ਲਾਲ ਵਾਲਾ ਨਾ ਬਾਂਦਰ, ਅਤੇ ਆਪ ਦੇਖਿਆ ਅਤੇ ਟੁਰਿਆ ਇਹਦੇ ਕੋਲੋਂ ਜਾਂਦਾ ਨਹੀਂ, ਅਤੇ ਦੁਨੀਆ ਤੋਂ ਜਾਂਦੀ ਨਹੀਂ। 36,000 ਦਵਾਈਆਂ ਖਾਂਦੀ ਹੈ ਅਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ, ਫਿਰ ਵੀ ਇਹਨੂੰ ਜਿਹੜਾ ਨਾ ਉਹ ਕੋਈ ਖਿਆਲ ਨਹੀਂ ਸਾਡਾ। ਅਤੇ ਲਿਹਾਜ਼ਾ ਇਹੋ ਜਿਹੀ ਬਾਦਸ਼ਾਹ ਤੁਹਾਨੂੰ ਮੁਬਾਰਕ ਭਾਅ ਜੀ, ਤੁਸੀਂ ਗੱਲ ਪਾ ਕੇ ਇਹਨੂੰ ਢੋਲ ਵਜਾਈ ਜਾਓ। ਅਤੇ ਅਸੀਂ ਚੱਲੇ ਹਾਂ ਆਪਾਂ ਕੈਨੇਡਾ, ਅਤੇ ਜਿਹੜਾ ਨਾ ਉਹ ਮੇਰੇ ਵੱਲੋਂ ਬਸ ਇਹੀ ਮੌਕਫ ਹੈ ਮੇਰੇ ਵੱਲੋਂ। ਅਸਲਾਮ ਵਾਲੇਕੁਮ ਸਾਰਿਆਂ ਨੂੰ, ਰੱਬ ਰੱਖਾ।